ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇ। ਅੱਜ ਆਪਾਂ ਸਟੇਸ਼ਨ ਦੇ ਸਾਹਮਣੇ ਆਏ ਹਾਂ ਜਿੱਥੇ ਦੇਖੋ ਜੀ ਚੋਰ ਵਿਆਰ ਜਿਵੇਂ ਡੰਡਾ ਵਿਆਰ ਕੀਤਾ ਜਾਂਦਾ, ਇੱਥੇ ਦੇਖੋ ਜੀ ਜਗ੍ਹਾ ਜਗ੍ਹਾ ਮੰਜੀਆਂ ਲੱਗੀਆਂ ਵਗੈਰਾ, ਦੇਖੋ ਸੋਡੇ ਲਗਾਏ, ਸ਼ਰਟਾਂ ਲਗਾਈਆਂ, ਜੀਨਾਂ ਲਗਾਈਆਂ, ਹੱਥੀ ਲਗਾਈ ਗਈ, ਮਗਰ ਦੇਖੋ ਇੰਨਾ ਮੰਦਾ ਪੈ ਰਿਹਾ, ਮਗਰ ਕੰਮ ਕਾਰ ਨਹੀਂ ਚੱਲ ਰਿਹਾ। ਹੋਰ ਤੁਸੀਂ ਖੁਦ ਵੇਖਦੇ ਪਿਓ, ਅੱਜ ਇਹਨਾਂ ਨਾਲ ਗੱਲ ਕਰਾਂਗੇ ਕੀ ਹੈਗਾ ਕੰਮ ਕਾਰ ਚੱਲਦਾ ਪਿਆ ਕਿ ਨਹੀਂ। ਅੱਜ 2 ਮਹੀਨੇ ਹੋ ਗਿਆ ਜਿਵੇਂ ਗਰਮੀ ਇੰਨੀ ਪੈ ਰਹੀ ਹੈ, ਇਸ ਕਰਕੇ ਮੰਦੇ ਪਏ ਹੋਏ ਨੇ। ਅੱਜ ਕੰਮ ਕਿਵੇਂ ਕਰੇਗਾ? ਜੁਲਾਰੀ ਜੀ ਤੁਹਾਡਾ ਨਾਮ ਜੀ? ਵਿਕਰਮ ਸਿੰਘ। ਵਿਕਰਮ ਸਿੰਘ, ਜਿਵੇਂ ਜੀ ਅੱਡੇ ਲਗਾਏ ਹੋਏ, ਬਿਲਕੁਲ ਕਸਟਮਰ ਨਹੀਂ ਹੈਗਾ, ਇੰਨੀ ਗਰਮੀ ਪੈ ਰਹੀ ਹੈ, ਗਾਹਕ ਬਿਲਕੁਲ ਨਹੀਂ, ਇਹਦੇ ਬਾਰੇ ਕੀ ਕਹਿਣਾ ਤੁਸੀਂ? ਇਹਦਾ ਕਾਰਨ ਸਭ ਤੋਂ ਵੱਡਾ ਇਹ ਆ ਕਿ ਜਿਹੜਾ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਾ ਜਿਹੜੇ ਲੋਕਾਂ ਕੋਲ ਦੁਕਾਨਾਂ ਨਹੀਂ ਹੈਗੀਆਂ, ਉਹ ਬਾਹਰ ਰੇਹੜੀਆਂ ਲਾ ਕੇ ਬੈਠੇ ਹੋਏ ਆ, ਅੱਡੇ ਲਾ, ਜਿਹਦੇ ਨਾਲ ਅੱਡੇ ਲਾ ਕੇ ਬੈਠੇ ਹੋਏ ਆ, ਜਿਹਦੇ ਨਾਲ ਕੀ ਹੋ ਰਿਹਾ ਕਿ ਇੱਥੇ ਹੀ ਮਾਰਕੀਟ ਦੇ ਵਿੱਚ ਗੱਲ ਕਰ ਲਈਏ ਤਾਂ ਕੋਈ 7-8 ਅੱਡੇ, 10 ਅੱਡੇ ਲੱਗੇ ਹੋਏ ਆ, ਜਿਹਨਾਂ ਕੋਲ ਦੁਕਾਨਾਂ ਹੀ ਨਹੀਂ ਹੈਗੀਆਂ। ਚਲੋ ਜਿਹੜੇ ਦੁਕਾਨਦਾਰ ਕਿਰਾਏ ਭਰ ਰਹੇ ਤੀਹ 40-40 ਹਜ਼ਾਰ ਰੁਪਇਆ, ਉਹ ਬੰਦੇ ਤਾਂ ਵਿਹਲੇ ਬੈਠੇ ਆ, ਅਤੇ ਮਜ਼ਬੂਰੀ ਵਾਸਤੇ ਅਸੀਂ ਵੀ ਆ ਮੰਜੇ ਬਾਹਰ ਲਾ ਕੇ ਬੈਠੇ, ਜੋ ਸਾਨੂੰ ਨਹੀਂ ਲਾਉਣੇ ਚਾਹੀਦੇ, ਪਰ ਕਾਰਪੋਰੇਸ਼ਨ ਦੇ ਅਧੀਨ ਹੋਣ ਦੇ ਕਰਕੇ ਚਲੋ ਇਹ ਸੜਕਾਂ ਦੇ ਵਿੱਚ ਨਹੀਂ ਲਾਉਣੇ ਚਾਹੀਦੇ। ਪਰ ਗੱਲ ਇਹ ਹੈ ਕਿ ਜੇ ਕਾਰਪੋਰੇਸ਼ਨ ਜੇ ਚਾਹੇ, ਜੇ ਕਾਰਪੋਰੇਸ਼ਨ ਚਾਹੇ ਤਾਂ ਇਹ ਅੱਡੇ ਬੰਦ ਕਰਵਾ ਕੇ ਸਾਰੇ, ਤਾਂ ਕਿ ਸਾਨੂੰ ਬਾਹਰ ਲਾਉਣ ਦੀ ਜ਼ਰੂਰਤ ਨਾ ਪਵੇ, ਅਤੇ ਜੇ ਸਾਰੇ ਸ਼ਹਿਰ ਦੇ ਵਿੱਚ ਇਹ ਮਾਹੌਲ ਕ੍ਰੀਏਟ ਕਰ ਦਿੱਤਾ ਜਾਵੇ ਕਿ ਬਾਹਰ ਸੜਕ ਦੇ ਉੱਤੇ ਮੰਜੇ ਨਾ ਲਾਉਣੇ ਪੈਣ ਹਰ ਇੱਕ ਬੰਦੇ ਨੂੰ, ਜਾਂ ਅੱਡੇ ਨਾ ਲਾਏ ਜਾਣ, ਉਹਦੇ ਨਾਲ ਕੀ ਹੋਊਗਾ, ਆਮ ਦੁਕਾਨਦਾਰ ਜਿਹੜੇ ਆ ਉਹ ਕੰਮ ਕਰਨਾ ਸ਼ੁਰੂ ਕਰ ਦੇਣਗੇ, ਅਤੇ ਉਹਨਾਂ ਦੀ ਦੁਕਾਨਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਸਰ ਜਿਵੇਂ ਤੁਸੀਂ ਅੱਜ ਆਪਣੀ ਦੁਕਾਨ ਲਾਈ ਹੋਈ, ਦੁਕਾਨ ਵਿੱਚ ਕਸਟਮਰ ਨਹੀਂ ਆ ਰਿਹਾ, ਤੁਸੀਂ ਵੀ ਐਡਾ, ਹੁਣ ਜਿਹੜੇ ਕੰਮ ਨਹੀਂ ਚੱਲੇਗਾ ਇੱਥੋਂ ਖਰਚਾ ਕਿਵੇਂ ਨਿਕਲਿਆ, ਕਿਰਾਇਆ ਕਿਵੇਂ ਨਿਕਲੇਗਾ? ਅਤੇ ਤੁਸੀਂ ਖੁਦ ਵੇਖ ਦਿਓ, ਜੇ 2 ਬੰਦੇ ਰੱਖਣੇ ਪੈਣੇ ਉਹਨਾਂ ਦਾ ਵੀ ਖਰਚਾ ਨਹੀਂ ਨਿਕਲਦਾ, ਮਗਰ ਤੁਸੀਂ ਖੁਦ ਵੇਖ ਦਿਓ ਅੱਗੋਂ ਸੌਣ ਦਾ ਮਹੀਨਾ ਆ ਗਿਆ, ਹੋਰ ਬੰਦੇ ਪੈ ਜਾਂਦੇ ਆ, ਮਗਰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹਦਾ ਜਿਹੜਾ ਮੁੱਢਲੀ ਗੱਲ ਇਹੋ ਹੀ ਕਹਿਣੀ ਚਾਹੁੰਦਾ ਹਾਂ ਕਿ ਜੇ ਲੋਕਾਂ ਨੂੰ ਰੁਜ਼ਗਾਰ ਮਿਲਣ, ਫਿਰ ਵੀ ਕਸਟਮਰ ਨਹੀਂ ਆ ਰਿਹਾ, ਇਹਦੇ ਬਾਰੇ ਖੁਦ ਵੇਖਦੇ ਪਏ, ਫੜੀਆਂ ਲੱਗੀਆਂ ਵਗੈਰਾ, ਉਹਦੇ ਕੋਈ ਕਸਟਮਰ ਨਹੀਂ ਆਉਂਦਾ, ਗਾਹਕ ਨਹੀਂ ਆਉਂਦਾ, ਚਾਰ ਚਾਰ ਅੱਠ ਅੱਠ ਫੜੀਆਂ ਲਈਆਂ, ਫਿਰ ਵੀ ਕਸਟਮਰ ਨਾ ਹੋਵੇ, ਫਿਰ ਵੀ ਤੁਹਾਨੂੰ ਬੜਾ ਵੀ ਹੈਗਾ, ਕਸਟਮਰ ਨਾ ਹੋਵੇ ਫਿਰ ਲੋਕ ਟੀਕਦੇ ਆ, ਮਗਰ ਤੁਸੀਂ ਖੁਦ ਵੇਖਦੇ ਪਏ ਉਹਨਾਂ ਨੇ ਅੱਡੇ ਲਗਾਏ ਆ, 4-5 ਕਸਟਮਰ ਨਹੀਂ ਆਇਆ, ਕਿਵੇਂ ਚੱਲਦਾ ਪਿਆ? ਕੰਮ ਕਾਰ ਬਹੁਤ ਠੰਡੇ ਆ ਜੀ। ਅੱਛਾ, ਕਾਰੋਬਾਰ ਚੱਲਣਗੇ ਸਾਰਾ ਮਾਹੌਲ ਸਹੀ ਹੋਊਗਾ, ਜਿਵੇਂ ਹਰ ਸੰਡੇ ਕਿੰਨਾ ਕੰਮ ਹੁੰਦਾ ਜੀ, ਮਗਰ ਜਿਵੇਂ ਸ਼ਰਟਾਂ ਹੁੰਦੀਆਂ ਬਗੈਰ ਸਮਾਨ ਵਿਕਦਾ ਜੀ, ਜੀਨਾ ਵਿਕਦੇ, ਇਹ ਅਰਗੀ ਇੰਨਾ ਕੰਮ ਨਹੀਂ ਹੋਇਆ, ਨਾ ਕਸਟਮਰ ਆ ਰਿਹਾ, ਮਗਰ ਜਿਹੜੀ ਮੁਸ਼ਕਿਲ ਆ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹਦੇ ਬਾਰੇ ਅਸੀਂ ਕਹਿਣਾ ਜੀ, ਬਾਕੀ ਜਿਹੜਾ ਮਾਲਕ ਹੈ ਉਹਨੇ ਦੱਸਣਾ ਕੀ ਮਾਹੌਲ ਆ, ਬਾਕੀ ਜੇ ਬਾਜ਼ਾਰਾਂ 'ਚ ਤਾਂ ਆਉਂ ਜਿੱਦਾਂ ਕਰਫਿਊ ਲੱਗਿਆ ਤੇ ਜਿਵੇਂ ਸ਼ੋਰੂਮ ਜਿਕਰ ਟੁਕਰ ਵੀ 1,000 ਰੁਪਏ ਦੀ ਜਾਂ 500 ਦੀ ਸ਼ਰਟ ਹੁੰਦੀ ਹੈ, ਇੱਥੇ ਸਾਰੀ 100-150 ਦੀ 100 ਰੁਪਏ ਦੀ ਸ਼ਰਟ, 100 ਰੁਪਏ ਦੀ, ਫਿਰ ਵੀ ਗਾਹਕ ਜਿਹੜਾ ਇੰਨਾ ਘੱਟ ਹੈਗਾ, ਮਗਰ ਜਿਵੇਂ ਇਹ ਨਹੀਂ ਲੱਗਦਾ ਪਿਆ ਕਿ ਸੌਣ ਦਾ ਮਹੀਨਾ ਜਿਹੜਾ ਹੁਣ ਫਿਰ ਆਇਆ, ਹੁਣ ਬਾਰਿਸ਼ਾਂ ਦੇ ਦਿਨ ਵੀ ਆਏ ਨੇ ਆ, ਮਗਰ ਹੋਰ ਵੀ ਕੰਮ ਘੱਟ ਹੋਏ ਨੇ, ਮਗਰ ਜਿਵੇਂ ਕੰਮ ਕਾਰ ਘੱਟ ਰਹਿੰਦੇ ਸਰਕਾਰ ਨੂੰ ਤਾਂ ਸੋਚਣਾ ਚਾਹੀਦਾ, ਜਿਨ੍ਹਾਂ ਦੀ ਦੁਕਾਨਾਂ ਵੀ ਹੈਗੀਆਂ ਬਗੈਰ ਅੱਡੇ ਲਗਾ ਕੇ ਕੰਮ ਕਰ ਰਹੇ,
ਉਹ ਵਿਚਾਰੇ ਕਿੱਥੇ ਜਾਣ, ਨਹੀਂ ਤਾਂ ਕਾਰਪੋਰੇਸ਼ਨ ਵਾਲੇ ਵੀ ਤੰਗ ਕਰਦੇ ਆ, ਸਾਫ਼ ਕਰਦੇ ਉਹ ਵੀ ਨਹੀਂ ਜੀਣ ਦਿੰਦੇ, ਮਗਰ ਮਾਹੌਲ ਜਿਹੜਾ ਠੀਕ ਨਹੀਂ ਹੈਗਾ, ਮਾਹੌਲ ਅੰਮ੍ਰਿਤਸਰ ਦਾ ਬਿਲਕੁਲ ਖਰਾਬ ਆ ਜੀ, 100% ਖਰਾਬ। ਮਗਰ ਅੱਜ ਤੱਕ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਬਾਰੇ? ਮੈਸੇਜ ਇਹੀ ਕੀ ਦੇਣਾ ਜੀ, ਇਹ ਸਰਕਾਰ ਹੀ ਦੱਸੂਗੀ ਅਤੇ ਕੀ ਕਰਨਾ। ਮਗਰ ਜਿਵੇਂ ਜਿਹੜੀ ਸ਼ਰਟਾਂ ਲਾਈਆਂ ਸਟੇਸ਼ਨ ਦੇ ਕੋਲ ਸਾਹਮਣੇ ਲੰਡੇ ਦਾ, ਅਤੇ ਆਪਣਾ ਦੱਸੋ ਨਾ ਕਿ ਇੱਥੇ ਆ ਕੇ ਜਿਹੜੀ ਸਸਤੀ ਹੈ, 100 ਰੁਪਏ ਦੇ ਵਿੱਚ ਬੰਦਾ ਸ਼ੋਅਕਾਰ ਬਣ ਕੇ ਅਤੇ ਆਪਣੇ ਘਰ ਨੂੰ ਚਲਿਆ ਜਾਂਦਾ। ਅੱਗੇ ਤਾਂ ਹੁੰਦਾ ਸੀ 200 ਰੁਪਏ ਦੇ ਸਾਰੇ ਕੱਪੜੇ ਕੁਪੜੇ ਪਾ ਕੇ ਘਰ ਚਲੇ ਜਾਂਦਾ ਸੀ, ਦਿੱਲੀ ਵੀ ਖਤਮ ਹੋ ਗਈ ਇੱਕ ਸਾਹਿਬ ਦੀ। ਵਿਜੇ ਕੁਮਾਰ ਜੀ, ਜਿਵੇਂ ਗਰਮੀ ਪੈ ਰਹੀ ਹੈ, ਕੋਈ ਕੰਮ ਕਾਰ ਨਹੀਂ ਹੈਗਾ, ਅਤੇ ਕੋਈ ਲੰਡੇ ਪਿਆਰ ਕੋਲ ਵੀ ਅੱਡਾ ਲਗਾਇਆ, ਇਹ ਕਾਰੋਬਾਰ ਵੀ ਨਹੀਂ ਹੈਗਾ, ਵੀ ਜੇ ਕੋਈ ਸ਼ੋਰੂਮ ਨਾਲ ਸਸਤੀ ਸ਼ਰਟ ਦੇ ਦਿਓ 100 ਰੁਪਏ ਦੀ, ਮਗਰ ਇਹਦੇ ਬਦਲੇ ਤੁਸੀਂ ਕੀ ਕਹਿ ਦਿੰਦੇ ਹੋ? ਮਗਰ ਗਾਹਕ ਨਹੀਂ ਹੈਗਾ, ਮਤਲਬ ਗਰਮੀਆਂ ਵਰਗੇ 2 ਮਹੀਨੇ ਹੋ ਗਏ ਗਾਹਕ ਨਹੀਂ, ਹੁਣ ਸੌਣ ਦਾ ਮਹੀਨਾ ਆ ਗਿਆ, ਹੋਰ ਵੀ ਮੰਦੇ ਪੈਣਗੇ, ਕੀ ਕਹਿਣਾ ਚਾਹੁੰਦੇ ਹੋ? ਜੇ ਗਾਹਕ ਨਹੀਂ ਆ ਤਾਂ ਜਿਹੜਾ ਕੰਮ ਹੈ ਇੰਨਾ ਤੁਸੀਂ ਰੱਖਿਆ, ਜਿਵੇਂ 1000 ਰੁਪਏ ਦਾ ਸਮਾਨ ਲਿਆ ਕੇ ਤੁਸੀਂ ਲਾਇਆ ਹੈ, ਠੀਕ ਹੈ, ਫੁੱਟਪਾਥ ਮੰਜੀਆਂ ਨੇ ਲਾਇਆ, ਮੈਂ ਗਾਹਕ ਹੀ ਨਹੀਂ ਹੈਗਾ, ਤੁਸੀਂ ਕੀ ਕਰੋਗੇ? ਵੇਲੇ ਹੁਣ ਸ਼ੋਰੂਮ ਵਾਲੇ ਵੀ ਹੈ, ਦੁਕਾਨਾਂ ਵਾਲੇ ਵੀ ਉਹ ਵੀ ਕੰਮ ਕਰਦੇ ਤੇ ਉਹਨਾਂ ਦਾ ਵੀ ਕਾਰੋਬਾਰ ਨਹੀਂ ਆ ਜਿਵੇਂ ਸਾਡਾ ਨਹੀਂ ਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਾੜਾ ਬੰਦਾ ਜਾਂਦਾ, ਮਗਰ ਜਦੋਂ ਕਾਰੋਬਾਰੀਆਂ ਨਹੀਂ, ਗਰਮੀ ਪੈ ਰਹੀ, ਗਾਹਕ ਨਹੀਂ ਹੈਗਾ, ਮਗਰ ਜਿਹੜੀ 1500 ਸ਼ਰਟ ਹੈ ਉਹ 100 ਰੁਪਏ ਦੇ ਰਿਹਾ, ਫਿਰ ਵੀ ਕਸਟਮਰ ਨਾ ਹੋਵੇ, ਕੰਮ ਕਰਨਾ ਹੋਵੇ ਤਾਂ ਫਿਰ ਕੀ ਕਰਨੀ ਭਾਈ? ਕੰਮ ਕਰਨੀ ਹੈਗਾ ਇਸ ਤੋਂ ਉੱਪਰ, ਇੰਨੀ ਗਰਮੀ, ਹਾਂ ਗਰਮੀ ਦੇ ਕਾਰਨ ਨਾ ਗਾਹਕ ਨਿਕਲਦਾ, ਹਾਂ ਨਾ ਇੱਥੇ ਕੁਝ ਹੈਗਾ, ਜੇ ਸਵੇਰ ਦਾ ਗਾਹਕ ਹੁੰਦਾ ਵਾ ਜਾਂ ਸ਼ਾਮ ਦਾ ਗਾਹਕ ਹੁੰਦਾ ਮਾਰਕੀਟ ਦੇ ਵਿੱਚ, ਦੁਪਹਿਰ ਦੇ ਟਾਈਮ 'ਤੇ ਬਿਲਕੁਲ ਗਾਹਕ ਨਹੀਂ ਹੁੰਦਾ, ਜਿਵੇਂ ਅੱਗੋਂ ਸੌਣ ਦਾ ਮਹੀਨਾ ਹੈਗਾ, ਜਿਵੇਂ ਹੋਰ ਵੀ ਮੰਦੇ ਪੈ ਨੇ, ਮਗਰ ਜਿਵੇਂ ਕਸਟਮਰ ਬਿਲਕੁਲ ਨਹੀਂ ਹੈਗਾ, ਮੈਂ ਮੰਨਦਾ ਕਸਟਮਰ ਬਿਲਕੁਲ ਨਹੀਂ ਹੈਗਾ, ਮਗਰ ਕਸਟਮਰ ਜੇ ਨਹੀਂ ਹੋਏਗਾ ਤਾਂ ਇਹ ਕਾਰੋਬਾਰ ਕਿਵੇਂ ਕਰਨਗੇ? ਇਹ ਕਾਰੋਬਾਰ ਕਿਵੇਂ ਕਰਨਗੇ? ਜੇ ਕਸਟਮਰ ਕੋਈ ਵੀ ਨਹੀਂ ਹੋਊਗਾ ਕਾਰੋਬਾਰ ਤਾਂ ਫਿਰ ਚੱਲਣਾ ਹੀ ਨਹੀਂ ਮਾਲਕੋ, ਕਸਟਮਰ ਦੇ ਸਿਰ ਤਾਂ ਬੰਦਾ ਆਸ ਤੇ ਬੈਠਾ ਆਸ ਹੈਗੀ ਮਾਲਕੋ ਬੈਠਣ ਦੀ, ਤੇ ਫਿਰ ਹੀ ਹਰ ਸੰਡੇ ਇੰਨਾ ਰਸ਼ ਹੁੰਦਾ ਹੁੰਦਾ ਜੀ, ਵਗੈਰਾ ਗਾਹਕ ਹੁੰਦਾ ਜੀ, ਮਗਰ ਇਹਨਾਂ ਅੱਡੇ ਕਿੰਨੇ ਲੱਗੇ ਹੁੰਦੇ ਐਰ ਜੀ, ਅੱਡੇ ਵੀ ਘੱਟ ਗਏ ਸੰਡੇ ਦਾ, ਸਰ ਗਾਹਕ ਪਤਾ ਕੀ ਹੁੰਦਾ ਸੰਡੇ ਨੂੰ, ਜੇਕਰ ਇਹ ਬਾਜ਼ਾਰ ਦੇ ਵਿੱਚ ਆਵਾਂਗੇ ਸੰਡੇ ਨੂੰ ਗਾਹਕ ਹੈਗਾ ਵਾ ਸਰਦੀਆਂ ਦਾ, ਅੱਛਾ ਗਰਮੀਆਂ ਦਾ ਗਾਹਕ, ਗਰਮੀ ਦਾ ਗਾਹਕ ਨਹੀਂ ਹੁੰਦਾ, ਗਰਮੀ ਦੇ ਗਾਹਕ ਦੇ ਵਿੱਚ ਬੰਦੇ ਨੇ ਸਰਦੀਆਂ ਵਿੱਚ ਮੋਟੀਆਂ ਟੀ ਸ਼ਰਟਾਂ ਸ਼ਰਟਾਂ ਜੈਕਟਾਂ ਲੈਣੀਆਂ, ਇੱਥੇ ਜਿੱਥੇ ਇੱਕ ਬੰਦੇ ਨੇ ਇੱਕ ਫਰੀ ਪਾਈ ਤਾਂ ਉਹਨੇ ਕਹਿਣਾ ਮੈਂ ਜਿਹੜੀ ਪਾਈ ਉਹ ਵੀ ਲਾ ਦਵਾਂ, ਗਰਮੀ ਦੇ ਵਿੱਚ ਕੱਪੜੇ ਦਾ ਗਾਹਕ ਤਾਂ ਘੱਟ ਹੈਗਾ ਵਾ, ਕਿ ਇੱਕ ਤਾਂ ਗਰਮੀ ਦੇ ਘਰੋਂ ਨਿਕਲਣਾ ਪਸੰਦ ਕਰਦੇ, ਜੇ ਛੋਟੇ ਮੋਟੇ ਹੈਗੇ ਆ ਕੈਪਰੀਆਂ ਟੀ ਸ਼ਰਟਾਂ ਵਾ ਉਹ ਪਾ ਲੈਂਦੇ ਬਸ ਕੰਮ, ਮਗਰ ਹੋਰ ਵੀ ਕਾਰੋਬਾਰ ਨਹੀਂ ਹੈ ਕਈਆਂ ਦੇ, ਕਈ ਕਾਰੋਬਾਰ ਨਹੀਂ ਹੈ ਜਿਹਨੇ ਸ਼ੋਰੂਮ ਖੋਲ੍ਹੇ ਆ ਦੁਕਾਨਾਂ ਖੋਲ੍ਹੀਆਂ, ਮਗਰ ਉੱਥੇ ਵੀ ਕੰਮ ਨਹੀਂ ਹੈਗੇ, ਮਗਰ ਇਹ ਜਿਹੜੇ 3 ਮਹੀਨੇ 2 ਮਹੀਨੇ ਜਿਹੜੇ ਹੋ ਗਏ ਆ ਇੰਨੇ ਮੰਦੇ ਪਏ ਹੋਏ ਨੇ, ਮਹਿੰਗਾਈ ਇੰਨੀ ਹੋ ਗਈ ਹੈ, ਮਗਰ ਲੋਕ ਕੀ ਕਰਨਗੇ? ਮਹਿੰਗਾਈ ਕਿਉਂ ਹੋਈ ਹੈ? ਮਹਿੰਗਾਈ ਦਾ ਕਾਰਨ ਕੋਈ ਦੱਸ ਨਹੀਂ ਸਕਦਾ ਸਰ, ਹੁਣ ਮੋਦੀ ਨੂੰ ਜਾ ਕੇ ਥੋੜ੍ਹੀ ਕਹਿ ਦੇਣਾ। ਮਹਿੰਗਾਈ ਦੇ ਸਾਰੇ ਦੇਖੋ ਜੀ, ਹਰ ਚੀਜ਼ ਵੱਧ ਗਈ ਹੈ, ਜਿਵੇਂ ਤੁਸੀਂ ਖੁਦ ਵੇਖਦੇ ਹੋ ਮੋਬਾਈਲ ਦਾ ਰੇਟ ਵੀ ਜਿਹੜੇ ਹੈਗਾ, ਰੀਚਾਰਜ ਦਾ ਵੀ ਵੱਧ ਗਿਆ, ਹਰ ਚੀਜ਼ ਦਾ ਰੇਟ ਵੱਧ ਗਿਆ, ਮਗਰ ਤੁਸੀਂ ਅੱਜ ਤੱਕ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ, ਇਹ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸਭ ਤੋਂ ਪਹਿਲਾਂ ਸਵੇਰੇ ਉੱਠੋ, ਉੱਠ ਕੇ ਆਪਣੇ ਕੰਮ 'ਤੇ ਜਾਓ, ਜੇ ਕੰਮ 'ਤੇ ਜਾਓਗੇ ਤਾਂ ਕੋਈ 4 ਪੈਸੇ ਘਰ ਲੈ ਕੇ ਜਾਓਗੇ, ਅਤੇ ਜੇ ਕੋਈ ਕਈ ਹੁੰਦੇ ਵੀ ਉੱਠਣਾ ਹੀ ਨਹੀਂ ਆ ਅਤੇ ਕੰਮ ਪੈਸੇ ਘਰ ਪੈਸੇ ਕਦੇ ਲੈਣਾ, ਉੱਥੇ ਕਈਆਂ ਨੈਗੇਟਿਵ ਸੋਚ ਪਾ ਕੇ ਰੱਖਣੀਆਂ ਕਿ ਕੰਮ ਹੈ ਹੀ ਨਹੀਂ, ਕੰਮ ਹੈ ਹੀ ਨਹੀਂ, ਸਭ ਕੁਛ ਹੈਗਾ ਵਾ, ਜਿਹੜਾ ਸਵੇਰ ਨੂੰ ਉੱਠ ਕੇ ਇੱਕ ਜਿਹੜਾ ਰੇਹੜੀ ਲੈਂਦਾ ਵਾ ਕੰਮ, ਸ਼ਾਮ ਨੂੰ ਉੱਠ ਕੇ ਘਰ ਨੂੰ ਜਾਂਦਾ ਵਾ, ਕੁਛ ਵੀ ਲੈ ਕੇ ਜਾਂਦਾ, ਸ਼ਾਮ ਨੂੰ 500-700 ਰੁਪਏ ਲੈ ਕੇ ਹੀ ਜਾਂਦਾ ਵਾ, ਜੇ ਆਪਾਂ ਇਹ ਕਹਾਂਗੇ ਵੀ ਕੰਮ ਕਿਤੇ ਨਹੀਂ ਹੈਗਾ, ਕੁਛ ਨਹੀਂ ਹੈਗਾ, ਹੁਣ ਤੁਸੀਂ ਆਪਾਂ ਵੀ ਸ਼ਾਮ ਨੂੰ ਫਿਰਦੇ ਹਾਂ, ਮੈਂ ਵੀ ਆਇਆ, ਮੈਂ ਸ਼ਾਮ ਨੂੰ ਰੁਪਈਆ 1000 ਘਰ ਲੈ ਕੇ ਜਾਊਂਗਾ, ਉਸ ਤੋਂ ਪਹਿਲਾਂ ਮੈਂ ਘਰ ਨਹੀਂ ਜਾਣਾ। ਸਰ ਜਿਵੇਂ ਰੇਹੜੀ ਲਾਉਣਾ, ਸਵੇਰੇ 4 ਵਜੇ ਉੱਠ ਕੇ ਫਰੂਟ ਲਾਉਂਦੇ, ਉਹ ਵੀ ਕਮਾਉਂਦੇ ਆ, ਮਗਰ ਫਲੀਆਂ ਵਾਲੇ ਵੀ ਕਮਾਉਂਦੇ, ਮਗਰ ਉਹ ਵੀ ਰੋ ਰਹੇ ਆ ਕਿ ਕਾਰੋਬਾਰ ਨਹੀਂ ਹੈਗਾ। ਰੋ ਨਹੀਂ ਰਹੇ ਸਰ, ਰੋਣਾ ਪਤਾ ਕਿੰਨੇ ਕਿੰਨੇ ਆ,
ਰੋਣਾ ਉਹਨੇ ਹੈਗਾ ਜਿਹਨੇ ਆਪਣੀ ਨੈਗੇਟਿਵ ਸੋਚ ਰੱਖਣੀ ਕਿ ਮੇਰਾ ਕੰਮ ਹੈ ਹੀ ਨਹੀਂ ਹੈ ਹੀ ਨਹੀਂ ਆ। ਹੁਣ ਹੁਣ ਉਹ ਇੱਧਰ ਰੱਖਿਓ, ਉੱਧਰ ਰੱਖਣ ਨੂੰ ਕਹਿੰਦਾ ਉਹ ਦੁਕਾਨ ਜਾ ਕੇ ਮੈਂ ਹੁਣੇ ਪੁੱਛ ਲੈਣਾ ਮੁੰਡੇ ਨੂੰ ਕਿ ਹਾਂਜੀ ਕਿੱਦਾਂ ਕਸਟਮਰ ਹੈ। ਉਹਨੇ ਕਹਿੰਦਾ ਬੜਾ ਮੰਦਾ, ਬੜਾ ਮੰਦਾ। ਇੱਕ ਤਾਂ ਆਪਣੀ ਸੋਚ ਹੀ ਆਪਣੀ ਇੱਦਾਂ ਦੀ ਹੋ ਗਈ, ਆਪਣਾ ਆਪਣੀ ਸੋਚ ਇੱਦਾਂ ਦੀ ਹੋ ਗਈ ਵੀ ਨੈਗੇਟਿਵ ਪਾ ਕੇ ਰੱਖਣੀ ਆ ਵੀ ਗਾਹਕ ਹੈਗਾ ਹੀ ਨਹੀਂ, ਹੈਗਾ ਹੀ ਨਹੀਂ, ਕਿਤੇ ਗਾਹਕ ਹੈਗਾ, ਹਰ ਇੱਕ ਕੋਲ ਕਸਟਮਰ ਹੈਗਾ ਵਾ, ਸਭ ਰਾਜੇ ਭੱਜੇ ਆ। ਹੁਣ ਤੁਹਾਨੂੰ ਕੀ ਦੱਸ ਸਕਦੇ ਇਹ ਲੋਕਾਂ ਨੂੰ ਰੁਜ਼ਗਾਰ ਮਿਲਣ ਕਿ ਜੋਬਸ ਮਿਲਣ, ਜੋਬਸ ਨਾ ਵੀ ਲੋਕ ਜਿਹੜੇ ਅੱਡੇ ਸੜਕਾਂ 'ਤੇ ਲਾ ਰਹੇ ਆ ਜਿਨ੍ਹਾਂ ਨਾਲ ਦੁਕਾਨਾਂ ਪ੍ਰਭਾਵਿਤ ਹੋ ਰਹੀਆਂ ਵਾ, ਬਹੁਤ ਜ਼ਿਆਦੀਆਂ ਹੋ ਰਹੀਆਂ, ਉਸ ਚੀਜ਼ ਦੀ ਵਜ੍ਹਾ ਦੇ ਕਰਕੇ ਵੀ ਇਹ ਕੰਮ ਘੱਟ ਰਹੇ ਆ। ਕਿਉਂਕਿ ਹਰ ਰੋਜ਼ ਫੇਕ ਨਿਊਜ਼ ਦੇ ਚੱਕਰ ਦੇ ਵਿੱਚ ਬਹੁਤੇ ਲੋਕ ਜਿਹੜੇ ਆ ਦੁਕਾਨਾਂ 'ਤੇ ਇਕੱਠੇ ਹੋ ਜਾਂਦੇ ਆ ਭੀੜ ਵਾਂਗੂ, ਪਰ ਉੱਥੇ ਉਹਨਾਂ ਨੂੰ ਦਿੱਤਾ ਕੁਛ ਨਹੀਂ ਜਾ ਰਿਹਾ, ਬਹੁਤ ਕੁਛ ਫੇਕ ਵੀ ਹੋ ਰਿਹਾ ਵਾ, ਜਿਹਦੇ ਕਰਕੇ ਬਹੁਤ ਸਾਰੇ ਦੁਕਾਨਦਾਰ ਪਰੇਸ਼ਾਨ ਵੀ ਹੋ ਰਹੇ ਆ। ਸਰ ਮੈਂ ਚੋਰਾਂ ਨੂੰ ਕੀ ਕਰਾਂ, ਜਿਵੇਂ ਦੇਖੋ ਸਟੇਸ਼ਨ ਸਾਨੂੰ ਨੰਡਾ ਬਜ਼ਾਰ ਆਇਆ, ਚੋਰ ਬਜ਼ਾਰ ਗਿਣਿਆ ਜਾਂਦਾ, ਮਗਰ ਉੱਥੇ ਵੀ ਦੇਖੋ ਕਸਟਮਰ ਬਿਲਕੁਲ ਨਹੀਂ ਹੈਗਾ, ਮਗਰ ਲੋਕ ਕਿੱਥੇ ਜਾਣ ਜੇ ਕੰਮ ਕਾਰ ਨਹੀਂ ਚੱਲੇਗਾ ਕੀ ਕਰਨਗੇ। ਹੁਣ ਜਿਵੇਂ ਮਹਿੰਗਾਈ ਵੀ ਇੰਨੀ ਹੋ ਗਈ ਹੈ, ਇਹਦੇ ਬਾਰੇ ਕੀ ਕਹਿਣ ਦਿੰਦੇ? ਮਹਿੰਗਾਈ ਦਾ ਕਾਰਨ ਉਹ ਤਾਂ ਜਿਵੇਂ ਆਪਾਂ ਗੱਲ ਕਹਿ ਸਕਦੇ ਹਾਂ ਕਿ ਜੇ ਮਹਿੰਗਾਈ ਹਰ ਚੀਜ਼ ਦੇ ਵਿੱਚ ਵਧੀ ਆ, ਅਤੇ ਸੰਨ 97-98 ਦੇ ਵਿੱਚ ਜੇ ਇੱਕ ਮਜ਼ਦੂਰੀ ਦਿਹਾੜੀ 50 ਰੁਪਏ, ਅੱਜ ਦੀ ਦਿਹਾੜੀ 500 ਰੁਪਏ, ਜੇ ਮਹਿੰਗਾਈ ਵਧੀ ਆ ਅਤੇ ਉਹਦੇ ਨਾਲ ਨਾਲ ਕਮਾਈ ਵੀ ਵਧੀ ਆ। 650 ਹੋ ਗਏ ਮਜ਼ਦੂਰੀ, ਮਿਸਤਰੀ ਹੋ ਗਈ 900 ਰੁਪਇਆ, ਮਗਰ ਜਿਹੜੇ ਲੋਕ ਵੇਖੋ ਜੀ ਕਾਰੋਬਾਰ ਕਰਦੇ ਆ, ਕੁਛ ਕਰਦੇ ਨੇ, ਜਦੋਂ ਵੇਖੋ ਜੀ 40,000-50,000 ਰੁਪਏ ਦੁਕਾਨ ਦਾ ਕਿਰਾਇਆ ਨਹੀਂ ਨਿਕਲਦਾ, ਉਹ ਵਿਚਾਰੇ ਦੇਖੋ ਜੀ ਬਾਹਰ ਵੀ ਅੱਡਾ ਲਾਉਂਦੇ, ਫਿਰ ਵੀ ਨਹੀਂ ਕੰਮ ਹੁੰਦਾ, ਅਤੇ ਉਹਨਾਂ ਨੂੰ ਮੁਸ਼ਕਿਲਾਂ ਇੰਨੀਆਂ ਆ ਰਹੀਆਂ, ਉਹ ਵਿਚਾਰੇ ਕੀ ਕਰਨ, ਜਿਹੜੀਆਂ ਮੁਸ਼ਕਿਲਾਂ ਆ ਰਹੀਆਂ ਉਹਨਾਂ ਨੂੰ ਉਹ ਕੀ ਕਰਨ। ਮਗਰ ਹੁਣ ਦੇਖੋ ਅੱਗੋਂ ਬਾਰਿਸ਼ਾਂ ਦੇ ਦਿਨ ਨੇ, ਸੌਣ ਦਾ ਮਹੀਨਾ ਹੈਗਾ, ਹੋਰ ਮੰਦੇ ਪੈਣ, ਜਿਵੇਂ 3 ਮਹੀਨੇ ਹੋ ਗਏ, ਇੰਨੀ ਗਰਮੀ ਪੈ ਰਹੀ, ਲੋਕ ਘਰਾਂ ਤੋਂ ਬਾਹਰ ਨਿਕਲਦੇ ਪਏ ਨਾ, ਦੇਖੋ ਜੀ ਅੱਗੇ ਇੰਨਾ ਰਸ਼ ਹੁੰਦਾ ਸੀ ਸੰਡੇ ਨੂੰ, ਹੁਣ ਰਸ਼ ਵੀ ਨਹੀਂ ਹੈਗਾ, ਹੁਣ ਲੋਕ ਜਿਹੜਾ ਹੈਗੇ ਆ ਕਿ ਘਰਾਂ 'ਚ ਹੀ ਬੜੇ ਆ। ਦੇਖੋ ਜੀ ਸੀਜ਼ਨ ਦੇ ਮੁਤਾਬਕ ਹੁੰਦਾ, ਕਦੀ ਮੰਦਾ ਕਦੀ ਸਰਦੀਆਂ ਨੂੰ ਕੰਮ ਹੁੰਦਾ, ਸਰਦੀਆਂ ਦਾ ਵੀ ਕੰਮ ਹੁੰਦਾ ਵਾ। ਚਲੋ ਹਰ ਵੇਲੇ ਗਾਹਕ ਇੱਕੋ ਜਿਹਾ ਨਹੀਂ ਹੁੰਦਾ ਕਿ ਆਪਾਂ ਕਹਿ ਸਕੀਏ ਕਿ ਗਾਹਕ ਹਰ ਵੇਲੇ, ਹੁਣ ਕਸਟਮਰ ਮਹਿੰਗਾਈ ਜ਼ਿਆਦਾ ਹੋ ਚੁੱਕੀ ਆ, ਹੁਣ ਕਸਟਮਰ ਦੇ ਵਾਲਸ ਦੀ ਗੱਲ ਨਹੀਂ ਹੈਗੀ ਕਿ ਉਹ ਇੰਨੀਆਂ ਚੀਜ਼ਾਂ ਖਰੀਦ ਸਕੇ ਜਾਂ ਬਾਜ਼ਾਰ ਦੇ 'ਚ ਵਾਰ ਵਾਰ ਆ ਸਕੇ। ਮਗਰ ਮੈਂ ਇੱਕ ਛੋਟੀ ਜਿਹੀ ਗੱਲ ਪੁੱਛਣਾ ਚਾਹੁੰਦਾ, ਅੱਜ ਦਿਨ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਅੱਜ ਦਾ ਦਿਨ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਤਾਂ ਇੱਕੋ ਗੱਲ ਹੀ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਆਪ ਨੂੰ ਸਿਰਫ ਕਿਹਨੂੰ ਕਹਿੰਦੇ ਆ ਬਿਜ਼ਨਸ ਵੱਲ ਧਿਆਨ ਦੇਣਾ ਚਾਹੀਦਾ ਹਰ ਇੱਕ ਬੰਦੇ ਨੂੰ, ਨਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਅਤੇ ਆਪਣੇ ਦੇਸ਼ ਨੂੰ ਛੱਡ ਕੇ ਅਤੇ ਆਪਣੇ ਦੇਸ਼ ਦੇ ਬਾਰੇ ਕੁਛ ਇਹੋ ਜਿਹੀਆਂ ਗੱਲਾਂ ਕਰਕੇ ਸ਼ਰਮ ਲੈਣੀ ਚਾਹੀਦੀ ਹੈ ਬਾਹਰਲੇ ਮੁਲਕਾਂ ਦੇ ਵਿੱਚ। ਜਦੋਂ ਇਹ 40-40-50-50 ਲੱਖ ਲਾ ਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਹਾਂ, ਉਹ 40-50 ਲੱਖ ਰੁਪਏ ਆਪਣੇ ਇੱਥੇ ਦੇਸ਼ ਦੇ ਵਿੱਚ ਲਾ ਕੇ ਚੰਗੇ ਬਿਜ਼ਨਸ ਨੂੰ ਕਰੀਏ, ਚੱਲ ਚੰਗੀ ਕਮਾਈ ਕਰ ਸਕਦੇ ਹਾਂ। ਇਸ ਮੁਲਕ ਦੇ ਵਿੱਚ ਲੱਖਾਂ ਬੰਦੇ, ਕਰੋੜਪਤੀ, ਅਰਬਪਤੀ ਹੈਗੇ ਆ, ਅਤੇ ਜੇ ਅਸੀਂ ਚਾਹੀਏ ਤਾਂ ਸਭ ਕੁਛ ਕਰ ਸਕਦੇ ਹਾਂ, ਅਤੇ ਜੇ ਅਸੀਂ ਆਪਣੇ ਦੇਸ਼ ਨੂੰ ਮਾੜਾ ਕਹਿਣਾ, ਆਪਣੇ ਪੰਜਾਬ ਨੂੰ ਮਾੜਾ ਕਹਿਣਾ, ਅਤੇ ਬਿਹਾਰ ਤੋਂ ਆ ਕੇ ਜਿੰਨੇ ਵੀ ਪ੍ਰਵਾਸੀ ਵੀਰ ਹੈਗੇ ਆ, ਉਹ ਸਾਰੇ ਇੱਥੇ ਆਣ ਕੇ ਕਾਮਯਾਬ ਆ। ਸਿਰਫ ਆਪਣੇ ਲੋਕ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਸਾਰਾ ਦਿਨ ਸਰਕਾਰਾਂ ਨੂੰ ਭੰਡਦੇ ਰਹਿੰਦੇ ਆ। ਜੇ ਮੈਡੀਕਲ ਸਹੂਲਤਾਂ ਦੀ ਗੱਲ ਕਰੀਏ ਤਾਂ ਇਸ ਸਰਕਾਰ ਨੇ ਕੈਨੇਡਾ ਤੋਂ ਵੱਧ ਮੈਡੀਕਲ ਸਹੂਲਤਾਂ ਦਿੱਤੀਆਂ ਹੋਈਆਂ, ਠੀਕ ਹੈ ਜੀ। ਉੱਥੇ 4 ਮਹੀਨੇ ਦੀ ਅਪੁਆਇੰਟਮੈਂਟ ਆ, ਇੱਥੇ ਜਾਂਦੇ ਆਪਾਂ ਦਵਾਈ ਲੈ ਸਕਦੇ ਹਾਂ, ਅਲਟਰਾਸਾਊਂਡ ਫਰੀ ਆ, ਟੈਸਟ ਫਰੀ, ਹਰ ਇੱਕ ਚੀਜ਼ ਫਰੀ ਆ। ਮੈਂ ਛੋਟੀ ਗੱਲ ਕਹਿੰਦਾ, ਹੁਣ ਜਿਵੇਂ ਪੰਜਾਬੀ ਲੋਕ ਹੈਗੇ ਨੇ, ਆਪਣੇ ਬਾਹਰ ਦੇਸ਼ ਨੂੰ ਜਾਣ ਡੇ, ਬਾਹਰ ਕੀ ਨਸ਼ਾ ਜਾਂ ਪੈਸਾ ਹੈਗਾ, ਮਗਰ ਇੱਥੇ ਸ਼ਹਿਰ ਦੇ ਵਿੱਚ ਕਿੰਨੇ ਕੰਮ ਹੈਗੇ, ਕੰਮ ਆਪਣਾ ਛੱਡ ਕੇ ਕਿਉਂ ਜਾਂਦੇ ਬਾਹਰ? ਇਹਨਾਂ ਨੂੰ ਰੋਕਣ ਵਾਸਤੇ ਕੀ ਕਰਨਾ ਚਾਹੀਦਾ? ਦੇਖੋ ਜੀ, ਸਭ ਤੋਂ ਪਹਿਲਾਂ ਜਾਗਰੂਕ ਕਰਨ ਦੀ ਦੇ ਰਿਹਾ, ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਦੇ ਰਿਹਾ ਕਿ ਲੋਕਾਂ ਨੂੰ ਬਿਜ਼ਨਸ ਪ੍ਰਤੀ ਕੁਝ ਇਹੋ ਜਿਹੀਆਂ ਕਲਾਸਾਂ ਲਾਈਆਂ ਜਾਣ, ਕੁਝ ਇਹੋ ਜਿਹੇ ਤਰੀਕਿਆਂ ਜਾਗਰੂਕ ਕੀਤਾ ਜਾਵੇ ਸਮਾਜ ਦੇ ਵਿੱਚ
ਅਤੇ ਜਿਹੜੇ ਲੋਕ ਅਨਸਰ ਇਹੋ ਜਿਹੇ ਬੁਰੇ ਲੋਕ ਆ ਜਿਹੜੇ ਲੋਕਾਂ ਨੂੰ ਲੁੱਟਦੇ ਆ, ਲੁੱਟਾਂ ਖੋਹਾਂ ਕਰਦੇ ਆ ਜਾਂ ਲੋਕਾਂ ਦੀ ਕਮਾਈ ਖਾ ਜਾਂਦੇ ਆ, ਇਹਨਾਂ ਨੂੰ ਕਾਬੂ ਕਰਨ ਵਾਸਤੇ ਇੱਕ ਇਹੋ ਜਿਹੀ ਟੀਮਾਂ ਪੁਲਿਸ ਦੀਆਂ ਗਠਨ ਹੋਣੀਆਂ ਚਾਹੀਦੀਆਂ ਜਿਹੜੀਆਂ ਆਮ ਕਾਰੋਬਾਰੀਆਂ ਨੂੰ ਜਿਹੜਾ ਡਰਾ ਰਹੇ ਆ ਬਹੁਤ ਸਾਰੇ ਗੁੰਡੇ ਬਦਮਾਸ਼, ਜਿਨ੍ਹਾਂ ਦੀ ਵਜ੍ਹਾ ਦੇ ਕਰਕੇ ਵੀ ਬਿਜ਼ਨਸ ਬਹੁਤ ਪ੍ਰਭਾਵਿਤ ਹੋ ਰਹੇ ਆ, ਲੋਕ ਇੱਥੋਂ ਡਰ ਡਰ ਕੇ ਭੱਜੀ ਜਾ ਰਹੇ। ਮੇਰੇ ਕੋਲ ਦੋਸਤ, ਇੱਕ ਦੋਸਤ ਸੀ, ਉਹ ਸਭ ਕੁਛ ਆਪਣਾ ਵੇਚ ਕੇ ਇੱਥੋਂ ਇਸੇ ਕਰਕੇ ਗਿਆ ਕਿ ਇੱਥੇ ਵਾਰ ਵਾਰ ਕਿਤੇ ਚੋਲੇ ਦੀ ਗੱਲ ਕਰ ਲਈਏ ਜਾਂ ਕਿਤੇ ਹੋਰ ਤਰਨ ਤਰਨ ਸ਼ਹਿਰ ਜਾਂ ਸਭ ਦੀ ਗੱਲ ਕਰ ਲਈਏ, ਅਤੇ ਗੁੰਡਿਆਂ ਬਦਮਾਸ਼ਾਂ ਦੀ ਧਮਕੀਆਂ ਇੰਨੀਆਂ ਜ਼ਿਆਦੀਆਂ ਆ ਰਹੀਆਂ ਕਿ ਹਰ ਲੋਕ ਇੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਆ। ਠੀਕ ਹੈ ਜੀ, ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਵਿਕਰਮਜੀਤ ਸਿੰਘ। ਅੱਜ ਆਪਾਂ ਅੱਜ ਕੋਈ ਸਟੇਸ਼ਨ ਦੇ ਸਾਹਮਣੇ ਆਏ ਹਾਂ, ਬਗੈਰਾ ਵਿਕਰਮਜੀਤ ਸਿੰਘ ਨੇ ਗੱਲ ਕੀਤੀ, ਇਹਨੇ ਬਹੁਤ ਵਧੀਆ ਕੀਤੀ ਹੈ। ਕਹਿੰਦੇ ਲੋਕ ਬਾਹਰ ਜਾ ਰਹੇ ਆ, ਆਪਣੇ ਸ਼ਹਿਰ ਵਿੱਚ ਹੀ ਪੈਸਾ ਲਾ ਕੇ ਕੰਮ ਕਰ ਸਕਦੇ ਆ, ਮਗਰ ਬਾਹਰ ਕੀ ਹੈਗਾ, ਬਾਹਰ ਕੀ 40-45 ਲੱਖ ਰੁਪਇਆ ਲਾ ਕੇ ਜਾਂਦੇ ਆ, ਬਗੈਰਾ ਦੇਖੋ ਜੀ ਤੰਗੀ ਹੁੰਦੀ ਹੈ, ਬਗੈਰ ਉੱਥੇ ਰਹਿੰਦੇ ਆ, ਮਗਰ ਬਗੈਰ ਉੱਥੇ ਵੀ ਕੰਮ ਕਰਨਾ ਪੈਂਦਾ। ਜੇ ਆਪਣੇ ਸ਼ਹਿਰ ਵਿੱਚ ਕੰਮ ਕਰਨ ਤਾਂ ਸਭ ਕੁਛ ਹੈਗਾ, ਪੈਸਾ ਵੀ ਹੈਗਾ, ਮਗਰ ਇਹਨਾਂ ਨੇ ਗੱਲ ਬਹੁਤ ਵਧੀਆ ਕੀਤੀ। ਮੇਰਾ ਨਾਮ ਕੋਈ ਵੀ ਹੋਵੇ ਤਾਂ ਦੱਸੋ ਪਹਿਲਾਂ ਕੰਮ। ਸਰ ਮੇਰਾ ਨਾਮ ਦੀਪਕ ਜੀ। ਸਟੇਸ਼ਨ ਸਾਹਮਣੇ ਜਿਵੇਂ ਚੋਰ ਪਿਆ, ਜਿਵੇਂ ਡੰਡਾ ਪਿਆ ਹੈਗਾ, ਜਿਵੇਂ ਤੁਸੀਂ ਅੱਜ ਮੰਜੀ 'ਤੇ ਲਾਈਆਂ ਸ਼ਰਟਾਂ ਨੇ, ਇੰਨੀਆਂ ਸਸਤੀਆਂ ਲਾਈਆਂ, ਲੋਕ ਇੰਨੀ ਗਰਮੀ ਪੈ ਰਹੀ ਫਿਰ ਗਾਹਕ ਨਹੀਂ ਆ ਰਿਹਾ, ਇਹਦੇ ਬਾਰੇ ਕੀ ਕਹਿਣ ਦਿੰਦੇ? ਦੇਖੋ ਜੀ, ਮੌਸਮ ਦੇ ਵਿੱਚ ਬਹੁਤ ਤਬਦੀਲੀ ਆ ਚੁੱਕੀ, ਚਮਾਸਾ ਲੱਗਾ ਹੈ, ਗਰਮੀ ਬਹੁਤ ਜ਼ਿਆਦਾ ਜੀ, ਅਤੇ ਲੋਕ ਘਰੋਂ ਬਾਹਰ ਨਿਕਲਦੇ, ਮਗਰ ਹੁਣ ਸੌਣ ਦਾ ਮਹੀਨਾ ਵੀ ਆ ਰਿਹਾ, ਹੁਣ ਵੀ ਬਾਰਿਸ਼ਾਂ ਦੇ ਦਿਨ ਵੀ ਚੱਲੂ ਹੋਏ ਨੇ, ਬਗੈਰਾ ਇੰਨੀ ਗਰਮੀ ਪੈ ਰਹੀ, ਕਸਟਮਰ ਕਿਉਂ ਨਹੀਂ ਸ਼ੋਅਰੂਮ ਦੇ ਵਿੱਚ ਜਾਂਦਾ, ਜਿਵੇਂ 1000 ਰੁਪਏ ਦੀ ਸ਼ਰਟ ਲਿਆਉਂਦਾ 1500 ਲਿਆਉਂਦਾ, ਇੱਥੇ 100 ਰੁਪਏ ਦੀ ਸ਼ਰਟ ਮਿਲਦੀ ਫਿਰ ਵੀ ਗਾਹਕ ਨਹੀਂ ਆ, ਕਸਟਮਰ ਇਸ ਕਰਕੇ ਘੱਟ ਸਰ, ਗਰਮੀ ਬਹੁਤ ਜ਼ਿਆਦਾ। ਹਾਂ ਗਰਮੀ ਬਹੁਤ ਜ਼ਿਆਦਾ ਜੀ, ਗਰਮੀ ਕਰਕੇ ਦੇਖੋ ਜੀ ਕੰਮਕਾਰ ਰੁਕੇ ਪਏ ਨੇ। ਬਿਲਕੁਲ, ਅਤੇ ਇੰਝ ਤੁਹਾਡਾ ਕਾਰੋਬਾਰ ਕਿਵੇਂ ਚੱਲੇਗਾ? ਜਿਵੇਂ ਹੁਣ ਦੇਖੋ ਜੀ ਹਰ ਸੰਡੇ ਇੰਨਾ ਰਾਹਤ ਹੁੰਦਾ ਜੀ, ਰਸ਼ ਹੁੰਦਾ ਜੀ, ਮਗਰ ਐਤਕੀ ਰਸ਼ ਹੈ ਹੀ ਨਹੀਂ, ਬਿਲਕੁਲ ਨਹੀਂ ਹੈਗਾ, ਇੰਨਾ ਰਸ਼ ਨਹੀਂ ਹੈਗਾ, ਨਾ ਕੋਈ ਕਸਟਮਰ ਹੈਗਾ, ਜਿਵੇਂ ਬਾਜ਼ਾਰ ਹੀ ਖਾਲੀ ਖਾਲੀ ਲੱਗਦੇ ਆ, ਕੀ ਕਹਿਣਾ ਚਾਹੁੰਦੇ ਹੋ? ਸਰ ਗੱਲ ਮੁੱਕਦੀ ਹੈਗੀ ਹੈ ਕਿ ਗੱਲ ਬਾਜ਼ਾਰ ਖਾਲੀ ਹੈਗਾ, ਹਰ ਪਾਸੇ ਇਹੀ ਹਾਲ ਹੈ, ਜੇ ਗਰਮੀ ਘਟੇਗੀ ਕੰਮ ਚੱਲੇਗਾ, ਜੇ ਗਰਮੀ ਨਹੀਂ ਘਟੇਗੀ ਤਾਂ ਇੰਝ ਹੀ ਜਾਏਗਾ। ਹਾਂਜੀ, ਅਤੇ ਹੁਣ ਜਿਵੇਂ ਦੇਖੋ ਤੁਸੀਂ ਇੱਕ ਛੋਟੀ ਗੱਲ ਕਰਨੇ ਨਾ, ਹੁਣ ਇੰਨੀ ਮਹਿੰਗਾਈ ਹੋ ਗਈ ਹੈ, ਹਰ ਚੀਜ਼ ਦਾ ਰੇਟ ਵੱਧ ਗਿਆ, ਮਗਰ ਤੁਸੀਂ ਫਿਰ ਵੀ ਸਸਤੇ ਲਗਾ ਰਹੇ ਹੋ, ਸਸਤੇ ਕੱਪੜਾ ਆਉਂਦਾ ਹੀ ਸਰ ਸਸਤਾ ਹੀ। ਅੱਛਾ, ਕਾਰਟੂਨ ਜਾਂਦਾ, ਕਾਰਟੂਨ ਦਿੱਲੀ ਜਾਂਦੇ? ਹਾਂਜੀ, ਨਹੀਂ ਨਹੀਂ ਬਾਹਰੋਂ ਜਾਂਦਾ, ਬਾਹਰੋਂ ਆਉਂਦਾ, ਇਹ ਆਪਣੇ ਭਰਾ ਗਏ ਨੇ, ਠੰਡੀ ਭਾਅ ਜੀ ਕਰਿਓ ਗੱਲਬਾਤ, ਦੱਸੋਗੇ ਭਾਈ ਤੁਹਾਡਾ ਨਾਂ ਕੀ ਹੈ? ਸੰਦੀਪ ਜੀ, ਜਿਵੇਂ ਇਹਨਾਂ ਨੇ ਅੱਡੇ ਲਾਏ ਹੋਏ ਨੇ, ਸ਼ਰਟਾਂ ਸ਼ੁਰਟਾਂ ਵੇਚਦੇ, ਸ਼ੋਅਰੂਮ 'ਤੇ ਮਹਿੰਗੀਆਂ ਮਿਲਦੀਆਂ, ਮਗਰ ਜੀ ਗਰਮੀ ਪੈ ਰਹੀ ਹੈ, ਕੰਮ ਕਰ ਨਹੀਂ ਹੈਗਾ, ਇਹਦੇ ਬਾਰੇ ਕੀ ਕਹਿਣ ਚਾਹੁੰਦੇ? ਜਿੱਥੋਂ ਵੇਖੋ ਹੁਣ ਕਿ ਮਾੜੇ ਬੰਦੇ ਨੇ ਵੀ ਟੀ ਸ਼ਰਟ ਲੈਣੀ ਹੈ।